ਸ਼ਖਸ ਆਪਣੇ ਆਪ ਨੂੰ ਸਪੈਸ਼ਲ ਸੈੱਲ ਦਾ ਇੰਸਪੈਕਟਰ ਦੱਸ ਕੇ ਪੈਸਿਆਂ ਦੀ ਡਿਮਾਂਡ ਕਰਦਾ ਹੈ। ਦਰਅਸਲ ਡਿਮਾਂਡ ਸਪਾ ਸੈਂਟਰ ਵਾਲਿਆਂ ਤੋਂ ਕੀਤੀ ਜਾਂਦੀ ਹੈ, ਪਰ ਮੌਕੇ ਦੇ ਉੱਤੇ ਹੀ ਸਪਾ ਸੈਂਟਰ ਦੇ ਇੱਕ ਲੜਕੇ ਨੂੰ ਸ਼ੱਕ ਹੋ ਜਾਂਦਾ ਹੈ। ਦਰਅਸਲ ਇੱਕ ਸ਼ਖਸ ਅੰਦਰ ਆਉਂਦਾ ਹੈ, ਆਪਣੇ ਆਪ ਨੂੰ ਸਪੈਸ਼ਲ ਸੈੱਲ ਦਾ ਇੰਸਪੈਕਟਰ ਦੱਸਦਾ ਹੈ ਅਤੇ ਪੈਸਿਆਂ ਦੀ ਡਿਮਾਂਡ ਕਰਦਾ ਹੈ, ਜਦਕਿ ਉਸਦਾ ਦੂਸਰਾ ਸਾਥੀ ਬਾਹਰ ਗੱਡੀ ਦੇ ਵਿੱਚ ਬੈਠਾ ਹੁੰਦਾ ਹੈ। ਜਿਸ ਤੋਂ ਬਾਅਦ ਸਪਾ ਸੈਂਟਰ ਵਾਲਿਆਂ ਨੂੰ ਸ਼ੱਕ ਹੋਇਆ, ਉਹਨਾਂ ਨੇ ਨੇੜੇ ਹੀ ਬੱਸ ਸਟੈਂਡ ਚੌਂਕੀ ਦੇ ਵਿੱਚ ਇਤਲਾਹ ਕਰ ਦਿੱਤੀ। ਮੌਕੇ ਦੇ ਉੱਤੇ ਪੁਲਿਸ ਵੀ ਪਹੁੰਚ ਗਈ, ਜਾਂਚ ਕੀਤੀ ਗਈ ਤਾਂ ਫਰਜ਼ੀ ਇੰਸਪੈਕਟਰ ਨੂੰ ਕਾਬੂ ਕਰ ਲਿਆ ਗਿਆ। ਦੂਸਰਾ ਸਾਥੀ ਜੋ ਗੱਡੀ ਦੇ ਵਿੱਚ ਬੈਠਾ ਹੋਇਆ ਸੀ, ਉਹ ਫਿਲਹਾਲ ਫਰਾਰ ਦੱਸਿਆ ਜਾ ਰਿਹਾ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਉਸ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਇਹ ਵੀ ਸ਼ੱਕ ਜਤਾਇਆ ਹੈ ਕਿ ਹੋ ਸਕਦਾ ਹੈ ਕਿ ਹੋਰ ਵੀ ਕਈ ਥਾਵਾਂ ਦੇ ਉੱਤੇ ਇਹਨਾਂ ਦੇ ਵੱਲੋਂ ਵਸੂਲੀ ਕੀਤੀ ਗਈ ਹੋਵੇ। ਤੁਹਾਨੂੰ ਦੱਸ ਦਈਏ ਕਿ ਫਰਜ਼ੀ ਇੰਸਪੈਕਟਰ ਦੇ ਕੋਲੋਂ ਇੱਕ ਪਿਸਤੌਲ, 4 ਜਿੰਦਾ ਰੌਂਦ ਬਰਾਮਦ ਹੋਏ ਨੇ। ਬਿਊਰੋ ਰਿਪੋਰਟ, ਅੱਜ ਦੀ ਆਵਾਜ਼। ਇਹ ਇੱਥੇ ਕੱਲ੍ਹ ਆਇਆ ਸੀਗਾ ਜੀ, ਆਪਣੇ ਤੰਗ ਪੈਂਦਾ ਜੀ, ਸਪਾ ਸੈਂਟਰ ਬਣਿਆ ਇੱਥੇ, ਉੱਥੇ ਆਇਆ ਸੀਗਾ ਜੀ। ਇਹ ਕਹਿੰਦਾ ਮੈਂ ਸਪੈਲ ਬ੍ਰਾਂਚ ਲੱਗਾ ਹੋਇਆ ਅਤੇ ਮੈਨੂੰ 5000 ਰੁਪਈਆ ਦਿਓ। ਉਹਨਾਂ ਨੇ ਕਿਹਾ 5000 ਸਾਡੇ ਕੋਲ ਹੈ ਨੀਗਾ, 2000 ਰੁਪਏ ਲੈ ਲਓ ਸਾਡੇ ਕੋਲੋਂ। ਇਹ ਕਹਿੰਦਾ ਮੈਂ ਤੁਹਾਡੇ ਸਾਰਿਆਂ ਨੂੰ ਪੜ੍ਹ ਕੇ ਲੈ ਜੂੰਗਾ। ਜਦੋਂ ਉੱਥੇ ਉਹਨਾਂ ਕੋਲ ਗਿਆ, ਉਹਨਾਂ ਨੇ ਮੈਨੂੰ ਫੋਨ ਕਰਤਾ, ਇਹੀ ਮੌਕੇ 'ਤੇ ਨਾਕਾ ਲੱਗਾ ਸੀ, ਅਸੀਂ ਪਹੁੰਚ ਗਏ। ਇਹਨੂੰ ਜਦੋਂ ਪਕੜਿਆ, ਔਰ ਇਹ ਨਾਲ ਦਾ ਸਾਥੀ ਸੀ ਉਹ ਕਾਰ 'ਚ ਬੈਠਾ ਸੀਗਾ, ਉਹ ਕਾਰ 'ਚ ਫਰਾਰ ਹੋ ਗਿਆ। ਇਹਨੂੰ ਲਿਆ ਕੇ ਅਸੀਂ ਇਹਦੇ ਪਰਚਾ ਦਰਜ ਕਰਕੇ ਅੱਜ ਇਹਨੂੰ ਪੇਸ਼ ਕੀਤਾ, ਇਹਦੇ 'ਤੇ ਜੱਜ ਸਾਹਿਬ ਨੇ ਇੱਕ ਦਿਨ ਦਾ ਪੁਲਿਸ ਰਿਮਾਂਡ ਦਾ ਹੁਕਮ ਫਰਮਾਇਆ ਸੀ। ਅੱਗੇ ਪੁੱਛ ਕੇ ਜਾ ਰਹੀ ਹੈ, ਜੋ ਵੀ ਅੱਗੇ ਹੋਊਗਾ ਅਮਲ 'ਚ ਲਿਆਂਦਾ ਜਾਊਗਾ। ਸਰ ਆਪਣੇ ਨੂੰ ਇੰਸਪੈਕਟਰ ਦੱਸਦੇ ਸੀ ਕੀ ਰੈਂਕ ਦੱਸਿਆ? ਇਹਦਾ ਸਪੈਸ਼ਲ ਬ੍ਰਾਂਚ ਇੰਸਪੈਕਟਰ ਲੱਗਾ ਹੋਇਆ। ਇੰਸਪੈਕਟਰ ਲੱਗਾ ਅਤੇ ਸਰ ਇਹਦੇ ਕੋਲ ਬਰਾਮਦ ਕੀ ਹੋਇਆ ਜੀ? ਇਹਦੇ ਕੋਲ ਇੱਕ ਪਿਸਟਲ ਬਰਾਮਦ ਹੋਇਆ ਜੀ, 5-4 ਰਾਊਂਡ ਜਿੰਦਾ ਬਰਾਮਦ ਹੋਇਆ ਜੀ। ਅਤੇ ਸਰ ਜਿਹੜਾ ਪਿਸਟਲ ਹੈ ਉਹ ਲਾਇਸੈਂਸੀ ਹੈ? ਪਿਸਟਲ ਦੇ ਨਾਂ 'ਤੇ ਲਾਇਸੈਂਸੀ ਪਿਸਟਲ ਹੈ ਜੀ। ਅਤੇ ਸਰ ਗੱਲ ਕਰੀਏ, 54 ਜ਼ਾਬਤਾ ਲੱਗਾ ਜਿਹੜੇ ਲਾਇਸੈਂਸ ਜਿਹੜੇ ਲਾਇਸੈਂਸੀ ਅਸਲੇ ਦਾ ਉਹ ਸਰ ਜਮ੍ਹਾਂ ਹੋ ਜਾਂਦੇ? ਜਿਨ੍ਹਾਂ ਨੇ ਅਸਲਾ ਨਹੀਂ ਜਮ੍ਹਾਂ ਕਰਾਇਆ 54 ਦੇ ਦੌਰਾਨ, ਉਹਨਾਂ ਦੇ ਨਾਲ 188 ਦਾ ਪਰਚਾ ਦਿੱਤਾ ਗਿਆ ਜੀ, ਉਹ ਧਾਰਾ ਲਗਾਈ ਗਈ। ਅਤੇ ਸਰ ਲੱਗਦਾ ਕਿ ਹੋਰ ਵੀ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੋਇਆ, ਕਿਉਂਕਿ ਇਹ ਤਾਂ ਪਤਾ ਲੱਗ ਗਿਆ ਉਹਨਾਂ ਨੂੰ ਸ਼ੱਕ ਹੋ ਗਿਆ ਸੀ। ਇਹ ਦੌਰਾਨੇ ਹੁਣ ਰਿਮਾਂਡ ਦੇ ਅਸੀਂ ਪੁੱਛਗਿੱਛ ਕਰਾਂਗੇ, ਜੋ ਵੀ ਪੁੱਛਗਿੱਛ ਅੱਗੇ ਆਏਗਾ ਉਹ ਸਭ ਕੁਝ। ਸਰ ਯੂਨੀਫਾਰਮ ਵਗੈਰਾ ਮਿਲੀ ਇਹਨਾਂ ਕੋਲੋਂ? ਇਹਨਾਂ ਕੋਲ ਖਾਕੀ ਪੈਂਟ ਪਾਈ ਸੀ ਔਰ ਸਿਵਲ ਦੀ ਕਮੀਜ਼ ਪਾਈ ਸੀ, ਕਾਲੇ ਬੂਟ ਪਾਏ ਸੀ। ਤਾਂ ਸਰ ਜਿਹੜਾ ਨਾਲ ਦਾ ਵਿਅਕਤੀ ਸੀ ਉਹ ਆਪਣੇ ਮੁਲਾਜ਼ਮ ਦੱਸਦਾ ਸੀ? ਉਹ ਵੀ ਦੱਸਦੇ ਮੁਲਾਜ਼ਮ ਲੱਗਾ, ਉਹ ਕਾਰ 'ਚ ਬੈਠਾ ਸੀ, ਪਰ ਉਹ ਜਦੋਂ ਇਹਨੂੰ ਫੜਿਆ ਉਹ ਮੌਕੇ ਤੋਂ ਭੱਜ ਗਿਆ। ਕਾਰ ਆਈਡੈਂਟੀਫਾਈ ਹੋਈ? ਕਾਰ ਦਾ ਨੰਬਰ ਇਹਨੇ ਪੜਿਆ, PV13 ਅੱਗੇ ਨੰਬਰ ਨਹੀਂ ਪੜਿਆ ਗਿਆ, ਪਰ ਉਹ ਕੈਮਰਾ ਦੌਰਾਨ ਕਾਰ ਦਾ ਨੰਬਰ ਦੇਖ ਕੇ ਅਤੇ ਉਹਨੂੰ ਵੀ ਛੇਤੀ ਪਕੜਿਆ। ਸਰ ਲੱਗਦਾ ਕਿ ਇਹ ਜਿਹੜੇ ਕੋਈ CCTV ਵਗੈਰਾ ਸਾਹਮਣੇ ਆਈ? CCTV ਫੋਟੋ ਜਿਹੜਾ ਉੱਥੋਂ ਪੈਸੇ ਮੰਗਦੇ ਉਹ ਸਾਹਮਣੇ ਆਈ ਜੀ, ਉਹ CCTV ਨਾਲ ਲਗਾਈ ਜਾਊਗੀ ਜੀ, ਉਹ ਵਿੱਚ ਆ ਗਈ ਇਹਨਾਂ ਦੀ ਜਦੋਂ ਦੁਕਾਨ 'ਚ ਵੜੇ ਨੇ। ਸਰ ਜਿਹੜਾ ਆਈ ਕਾਰਡ ਦਾ ਨਾਮ ਜੈਨੂਅਲ ਸੀ ਕਿ ਫਰਜ਼ੀ ਨਾਮ ਸੀ? ਆਈ ਕਾਰਡ ਇਹਨੇ ਨਹੀਂ ਬਣਾਇਆ ਸੀ, ਤਾਂ ਸਿਰਫ ਉਹ ਬਣਾਇਆ ਸੀ ਜਿਹੜਾ ਇਹਨੇ ਆਪਣਾ ਪ੍ਰਾਈਵੇਟ ਕਾਰਡ ਬਣਾਇਆ ਸੀ, ਉਹ ਕਾਰਡ ਸੀ, ਪਰ ਮੁਲਾਜ਼ਮ ਵਾਲਾ ਕੋਈ ਕਾਰਡ ਨਹੀਂ ਬਣਾਇਆ ਸੀ। ਸਰ ਯੂਨੀਫਾਰਮ ਵਗੈਰਾ ਕਿੱਥੋਂ ਲਈ ਅਤੇ ਆਈ ਕਾਰਡ ਕਿੱਥੋਂ? ਯੂਨੀਫਾਰਮ ਤਾਂ ਸਿਰਫ ਇਹਨਾਂ ਦੀ ਜਿਹੜੀ ਹੈਗੀ ਨਾ, ਇਹਨੇ ਖਾਕੀ ਪੈਂਟ ਹੀ ਮਿਲੀ, ਬਾਕੀ ਬਰਾਮਦ ਕਰਾਉਣਿਆ ਰਿਮਾਂਡ ਮਿਲਿਆ ਜੀ। ਆਈ ਕਾਰਡ ਪੁਲਿਸ ਦਾ ਨਹੀਂ ਬਣਾਇਆ ਸੀ, ਆਈ ਕਾਰਡ ਸਿਰਫ ਦੂਜਾ ਜਿਹੜਾ ਮਿਲਿਆ, ਜਿਹੜਾ ਬਣਾਉਂਦੇ ਆਪਾਂ ਸ਼ਨਾਖਤੀ ਕਾਰਡ, ਉਹ ਤੋਂ ਮਿਲਿਆ, ਅਤੇ ਜਿਹੜਾ ਪੁਲਿਸ ਵਾਲਾ ਕਾਰਡ ਨਹੀਂ ਬਣਾਇਆ ਸੀ, ਉਹ ਸਿਰਫ ਪੁਲਿਸ ਵਾਲਾ ਦਾ ਨਾਂ ਲੈ ਕੇ ਸਪੈਸ਼ਲ ਬ੍ਰਾਂਚ ਦਾ ਇਹ ਲੋਕਾਂ ਨੂੰ ਪੈਸੇ ਫਰੋੜਦਾ ਸੀਗਾ। ਜਿਹਨੇ ਬਣਾਇਆ ਜਿੱਥੋਂ ਬਣਿਆ, ਪਰ ਹਜੇ ਕੋਈ ਉਹਨੂੰ ਮਿਲਿਆ ਨੀ ਵਰਦੀ ਵਾਲਾ ਕਾਰਡ, ਜੇ ਮਿਲ ਗਿਆ ਤੇ ਉਹ ਵੈਰੀਫਾਈ ਕੀਤਾ ਜਾਊਗਾ ਜੀ। ਸਰ ਗੱਲ ਕਰੀਏ, ਅਸਲ ਵਿੱਚ ਇਹ ਨੌਜਵਾਨ ਕੰਮ ਕੀ ਕਰਦਾ ਸੀਗਾ ਜਾਂ? ਇਹ ਵੈਸੇ ਪਹਿਲਾਂ ਕਿਤੇ ਜੋਬ ਲੱਗਾ ਰਿਹਾ, ਪ੍ਰਾਈਵੇਟ ਜੋਬ ਕਰਦਾ ਸੀ, ਕਿਤੇ ਗੰਨ ਮੈਂ ਲੱਗ ਗਿਆ, ਕਿਤੇ ਉਹ ਲੱਗ ਗਿਆ। ਫਿਰ ਠੀਕ ਹੈ, ਠੀਕ ਕਿਹੜੇ ਥਾਣਾ? ਡਿਵੀਜ਼ਨ ਨੰਬਰ 5, ਚੌਕੀ ਬੱਸ ਸਟੈਂਡ। ਹਾਂਜੀ, ਤੇ ਤੁਹਾਡਾ ਨਾਮ ਕੀ ਹੈ? ਐਸ ਆਈ ਅਮਰਜੀਤ।